ਜੇ 20 ਪ੍ਰੋਗਰਾਮ ਹੁੰਦੇ ਆ ਤੁਹਾਨੂੰ ਦੋਵਾਂ 'ਚ ਬੁਲਾਇਆ ਜਾਂਦਾ, ਬਾਕੀਆਂ 'ਚ ਪੁੱਛਿਆ ਤੱਕ ਨਹੀਂ ਜਾਂਦਾ। ਜੇ ਤੁਸੀਂ ਆਪਣੇ ਮੰਚ 'ਤੇ ਵੀ ਮੌਜੂਦ ਹੋ ਤਾਂ ਤੁਹਾਨੂੰ ਬੋਲਣ ਤੱਕ ਨਹੀਂ ਦਿੱਤਾ ਜਾਂਦਾ। ਉਪ ਨੇਤਾ ਵਿਰੋਧੀ ਧਿਰ ਤਾਂ ਬਣਾਤਾ, ਪਰ ਬਣਾਤਾ ਗੱਲੀ ਬਾਤੀ ਰਬੜ ਦੀ ਮੋਹਰ। ਦੇਖੋ ਰਬੜ ਦੀ ਮੋਹਰ ਤਾਂ ਹੈ ਹੀ ਨਾ, ਤਾਂ ਉੱਥੇ ਸੈਸ਼ਨ ਦੇ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ। ਜਦੋਂ ਰਿੰਕੂ ਜੀ ਆਏ ਉਦੋਂ ਤਾਂ ਉਹ ਵਿਧਾਇਕ ਵੀ ਨਹੀਂ ਸੀ, ਔਰ ਉਸਨੂੰ ਮੈਂਬਰ ਪਾਰਲੀਮੈਂਟ ਬਣਾਉਣਾ। ਪਰ ਸਾਹਿਬ ਤੁਹਾਡੇ ਨਾਲ ਦੋ ਹੈ, ਇੱਕ ਇੱਧਰ ਖੜ੍ਹਾ ਇੱਕ ਇੱਧਰ ਖੜ੍ਹਾ, ਅਤੇ ਰਿੰਕੂ ਜੀ ਦੇ ਨਾਲ ਚਾਰ ਇੱਧਰ ਖੜ੍ਹੇ ਅਤੇ ਚਾਰ ਇੱਧਰ ਖੜ੍ਹੇ। ਲੋਕ ਸਭਾ ਚੋਣਾਂ ਸਿਰ 'ਤੇ ਨੇ, ਪ੍ਰਚਾਰ ਸ਼ੁਰੂ ਹੋ ਗਿਆ, ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼ੁਰੂ ਹੋ ਗਿਆ, ਪਾਰਟੀਆਂ ਬਦਲਣ ਦਾ ਦੌਰ ਵੀ ਸ਼ੁਰੂ ਹੋ ਗਿਆ। ਆਪਣੀਆਂ ਆਪਣੀਆਂ ਪਾਰਟੀਆਂ ਨੂੰ ਕਿਵੇਂ ਮਜ਼ਬੂਤ ਕਰਨਾ, ਕਿੱਧਰੋਂ ਕਿਹਨੂੰ ਲੈ ਕੇ ਆਉਣਾ ਅਤੇ ਕਿਵੇਂ ਅੱਗੇ ਵਧਣਾ, ਜੋੜ ਤੋੜ ਜਾਰੀ ਆ। ਹੁਸ਼ਿਆਰਪੁਰ ਦੇ ਵਿੱਚ ਵੀ ਜੋੜ ਤੋੜ ਲਾਇਆ ਗਿਆ ਅਤੇ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਵਿਧਾਇਕ ਚੱਬੇਵਾਲ, ਜਿਹੜੇ ਚੱਬੇਵਾਲ ਤੋਂ ਵਿਧਾਇਕ ਸੀ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਪਾਲੇ 'ਚ ਲਿਆਂਦਾ ਅਤੇ ਆਪਣਾ ਉਮੀਦਵਾਰ ਵੀ ਐਲਾਨ ਕਰ ਦਿੱਤਾ ਹੁਸ਼ਿਆਰਪੁਰ ਤੋਂ। ਚੱਬੇਵਾਲ ਸਾਹਿਬ ਬੈਠੇ ਆਰਾਮ ਫਰਮਾ ਰਹੇ ਨੇ। ਚੱਬੇਵਾਲ ਸਾਹਿਬ ਹੋਰ ਕਿੱਦਾਂ ਜੀ? ਠੀਕ, ਮੈਂ ਤਾਂ ਠੀਕ ਹੈ ਜੀ। ਤੁਸੀਂ ਦੱਸੋ ਵੀ ਹੁਣ ਉੱਧਰੋਂ ਇੱਧਰ ਆ ਕੇ ਜ਼ਿਆਦਾ ਠੀਕ ਹੈ ਕਿ ਉੱਧਰ ਠੀਕ ਸੀ? ਬਿਲਕੁਲ ਠੀਕ ਹੈ ਜੀ, ਤੁਹਾਡੀ ਭਰਾਵਾਂ ਦਾ ਆਸ਼ੀਰਵਾਦ ਹੈ, ਬਿਲਕੁਲ ਆਲ ਫਾਈਨ। ਅੱਛਾ, ਇੱਕ ਹੁੰਦਾ ਹੈ ਕਿ ਜਦੋਂ ਕੋਈ ਵੀ ਪਾਰਟੀ ਫਿਰ ਬਦਲ ਹੁੰਦਾ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਯਾਰ ਮੈਨੂੰ ਮਿਲਣਾ ਕੀ ਹੈ, ਮੈਨੂੰ ਪਹਿਲਾਂ ਤਾਂ ਟਿਕਟ ਦਾ ਹੁੰਦਾ ਵੀ ਟਿਕਟ ਮਿਲਣੀ ਹੈ, ਉਸ ਤੋਂ ਬਾਅਦ ਅਹੁਦਾ ਹੁੰਦਾ ਟਿਕਟ ਤਾਂ ਤੁਹਾਨੂੰ ਮਿਲ ਗਈ। ਦੇਖੋ ਟਿਕਟ 'ਤੇ ਮਿਲਣ 'ਤੇ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਆਮ ਆਦਮੀ ਪਾਰਟੀ ਸਾਡੀ ਜਿਹੜੀ ਹਾਈ ਕਮਾਂਡ ਹੈ ਅਰਵਿੰਦ ਕੇਜਰੀਵਾਲ ਜੀ, ਜਿਹੜੇ ਨੈਸ਼ਨਲ ਕਨਵੀਨਰ ਨੇ ਔਰ ਮੁੱਖ ਮੰਤਰੀ ਦਿੱਲੀ ਨੇ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ, ਅਤੇ ਜਨਰਲ ਸੈਕਟਰੀ ਇੰਚਾਰਜ ਔਰਗੇਨਾਈਜੇਸ਼ਨ ਸੰਗਠਨ ਦੇ ਇੰਚਾਰਜ ਸੰਦੀਪ ਪਾਠਕ ਜੀ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਮੇਰੇ 'ਚ ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ, ਭਰੋਸਾ ਪ੍ਰਗਟਾਇਆ, ਅਤੇ ਮੈਂ ਉਹਨਾਂ ਨੂੰ ਅਸ਼ੋਰ ਵੀ ਭਰੋਸਾ ਵੀ ਦਵਾਉਂਦਾ ਕਿ ਜਿਹੜਾ ਆਪਣੀ ਇਹ ਜ਼ਿੰਮੇਵਾਰੀ ਹੈ ਉਹ ਪੂਰੀ ਤਨਦੇਹੀ ਦੇ ਨਾਲ ਜਿਹੜੀ ਉਹ ਨਿਭਾਵਾਂਗਾ, ਲੋਕਾਂ ਦੀ ਸੇਵਾ ਜਿਹੜੀ ਹੈ ਉਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਕਰਦਾ ਰਹਾਂਗਾ। ਚੱਬੇਵਾਲ ਸਾਹਿਬ, ਜਦੋਂ ਕਹਿੰਦੇ ਆ ਕਿ ਇੱਕ ਜੋ ਲੰਮਾ ਸਮਾਂ ਕਹਿੰਦੇ ਇੱਕ ਪਾਰਟੀ 'ਚ ਬਿਤਾਇਆ ਹੋਵੇ ਉੱਥੇ ਤਾਂ ਨਾਂ ਨੂੰ ਜੇ ਚੇਤੇ ਹੋ ਜਾਂਦੇ ਆ, ਹੁਣ ਜਦੋਂ ਪਾਰਟੀਆਂ ਬਦਲ ਜਾਣ, ਸੱਜੇ ਖੱਬੇ ਵਾਲੇ ਸਾਥੀ ਬਦਲ ਜਾਣ, ਕੁਝ ਬਦਲਿਆ ਬਦਲਿਆ ਲੱਗਦਾ, ਬਗਾਨਾ ਬਗਾਨਾ ਘਰ ਕਿਰਾਏ ਦਾ ਘਰ ਲੱਗਦਾ ਕਿ ਕੋਈ ਫਰਕ ਨਹੀਂ ਲੱਗਦਾ? ਦੇਖੋ ਗੱਲ ਘਰ ਜਾਂ ਆਪਣੇ ਪਰਿਵਾਰ ਜਾਂ ਕੋਈ ਦੂਸਰੇ ਪਰਿਵਾਰ ਦੀ ਗੱਲ ਨਹੀਂ ਹੈ, ਇਹ ਪਰਿਵਾਰਾਂ ਦੀ ਗੱਲ ਨਹੀਂ, ਇਹ ਗੱਲ ਹੈ ਪੰਜਾਬ ਦੀ, ਪੰਜਾਬ ਦੇ ਲਈ ਸੋਚ ਦੀ, ਪੰਜਾਬ ਦੇ ਲਈ ਬਿਹਤਰੀ ਦੇ ਲਈ। ਕਿਉਂਕਿ ਜਿਹੜਾ ਮੇਰਾ ਪਰਪਸ ਸੀ, ਕੋਈ ਮੇਰਾ ਏਮ ਸੀ, ਉਹ ਇਹ ਤਾਂ ਹੈ ਨਹੀਂ ਸੀ ਕਿ ਅਸੀਂ ਕੋਈ ਪੈਸਾ ਕਮਾਉਣ ਜਾਂ ਭ੍ਰਿਸ਼ਟਾਚਾਰ ਕਰਨ ਪੋਲੀਟਿਕਸ 'ਚ ਆਏ ਹਾਂ। ਸਾਡਾ ਤਾਂ ਇੱਕੋ ਹੀ ਮੋਟਿਵ ਹੈ ਕਿ ਲੋਕਾਂ ਦੀ ਬਿਹਤਰੀ ਜਿਹੜੀ ਹੈ ਉਹ ਕਿਵੇਂ ਹੋ ਸਕਦੀ ਹੈ, ਔਰ ਦੂਸਰਾ ਜਿਹੜਾ ਉਹ ਮਾਨ ਸਨਮਾਨ ਜਿਹੜਾ ਉਹ ਉਸ ਤੋਂ ਉੱਪਰ ਕੋਈ ਕੰਪਰੋਮਾਈਜ਼ ਨਹੀਂ। ਸੋ ਉਸ ਨੂੰ ਦੇਖਦੇ ਹੋਏ ਮੈਨੂੰ ਅੱਜ, ਮੈਂ ਜਦੋਂ ਆਮ ਆਦਮੀ ਪਾਰਟੀ 'ਚਾਂ ਅਤੇ ਮੈਨੂੰ ਸੰਗਠਨ ਦੇ ਸਾਥੀਆਂ ਦਾ ਜਾਂ ਆਮ ਲੋਕਾਂ ਦਾ ਜਾਂ ਈਵਨ ਸਾਡੇ ਜਿਹੜੇ ਪੁਰਾਣੇ ਸਾਥੀ ਵੀ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਇੰਨਾ ਮਾਣ ਸਨਮਾਨ ਦਿੱਤਾ, ਮੈਨੂੰ MLA ਵੀ ਬਣਾਇਆ, ਅੱਜ ਮੈਨੂੰ ਇਹ ਖੁਸ਼ੀ ਹੈ ਕਿ ਉਹਦੇ ਵਿੱਚੋਂ ਵੀ ਸਾਰਾ ਪਰਿਵਾਰ ਜਿਹੜਾ ਹੈ ਉਹ ਮੇਰੇ ਨਾਲ ਚਟਾਨਵਾਂ ਖੜ੍ਹਾ। ਸੋ ਮੈਂ ਇਸ ਦੇ ਲਈ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਮੈਨੂੰ ਖੁਸ਼ੀ ਹੈ ਔਰ ਨਵੇਂ ਪਰਿਵਾਰ ਦੇ ਵਿੱਚ ਮੈਨੂੰ ਮਾਣ ਸਨਮਾਨ ਜਿਹੜਾ ਉਹ ਮਿਲਿਆ। ਚੱਬੇਵਾਲ ਸਾਹਿਬ, ਇੱਕ ਚੀਜ਼ ਮੈਨੂੰ ਦੱਸਿਓ, ਜਿਹੜਾ ਆਪਾਂ ਕਹਿੰਦੇ ਹਾਂ ਕਿ ਭਲਾ ਕਰਨਾ ਸਾਡਾ ਟੀਚਾ ਹੈ, ਤੁਸੀਂ ਕਾਂਗਰਸ ਦੇ ਵਿੱਚ ਪਹਿਲਾਂ ਕਿੰਨੇ ਸਾਲ ਟੋਟਲ ਲਾ ਲਏ? ਦੇਖੋ ਕਾਂਗਰਸ ਦੇ ਵਿੱਚ ਕਰੀਬ ਮੈਂ ਜੇਕਰ ਗੱਲ ਕਰਾਂ ਤਾਂ 12 ਸਾਲ ਜਿਹੜੇ ਉਹ ਕਾਂਗਰਸ ਦੇ ਵਿੱਚ ਮੈਂ ਰਿਹਾ। ਅੱਛਾ, ਤੁਸੀਂ 12 ਸਾਲ ਕਾਂਗਰਸ ਚਲਾਏ। ਇੱਕ ਚੀਜ਼ ਨਾ ਲੋਕ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਂਦੇ ਆ, ਲੋਕ ਕਹਿੰਦੇ ਕਿ ਲੀਡਰ ਆਪਣੇ ਹਿਸਾਬ ਨਾਲ ਚੀਜ਼ਾਂ ਨੂੰ ਇੱਧਰ ਉੱਧਰ ਕਰਕੇ ਉਹ ਆਪਦੇ ਨਜ਼ਰੀਏ ਨਾਲ ਦੇਖਦੇ ਆ,
ਐਸਾ ਤੁਹਾਨੂੰ ਕੀ ਲੱਗਿਆ ਵੀ ਜਿਹੜਾ ਤੁਸੀਂ ਉੱਥੇ ਨਹੀਂ ਕਰ ਸਕੇ ਅਤੇ ਤੁਸੀਂ ਇੱਥੇ ਆ ਕੇ ਕਰ ਸਕਦੇ ਹਾਂ, ਕਿਉਂਕਿ ਇੱਧਰ ਨਵੀਆਂ ਪਾਰਟੀਆਂ ਸੀ ਉੱਧਰ ਪੁਰਾਣੀ ਪਾਰਟੀ ਸੀ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਹੈ ਕਿ ਪਾਰਟੀ ਵੱਲੋਂ ਜਦੋਂ ਕੋਈ ਵੀ ਮਾਨ ਸਨਮਾਨ ਦਿੱਤਾ ਜਾਂਦਾ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਮੈਨੂੰ ਡੈਪਟੀ ਲੀਡਰ ਡੈਪਟੀ LOP ਸੀ, ਅਤੇ ਜਦੋਂ ਤੁਸੀਂ ਕੁਛ ਬਣਦੇ ਹੋ ਤੁਹਾਡਾ ਪਾਰਟੀ 'ਚ ਤੁਹਾਨੂੰ ਅਹੁਦਾ ਦਿੱਤਾ ਜਾਂਦਾ, ਔਰ ਉਸ ਅਹੁਦੇ ਦੇ ਵਿੱਚ ਤੁਹਾਨੂੰ ਜੇ ਪਰਿਵਾਰ ਦੇ ਵਿੱਚ ਮਾਨ ਸਨਮਾਨ ਹੀ ਨਾ ਮਿਲੇ, ਜਦੋਂ ਕੋਈ ਰੈਲੀ ਹੁੰਦੀ, ਕੋਈ ਪ੍ਰੋਗਰਾਮਸ ਹੁੰਦੇ ਆ, ਜੇ 20 ਪ੍ਰੋਗਰਾਮ ਹੁੰਦੇ ਆ ਤੁਹਾਨੂੰ ਦੋਵਾਂ 'ਚ ਬੁਲਾਇਆ ਜਾਂਦਾ, ਬਾਕੀਆਂ 'ਚ ਪੁੱਛਿਆ ਤੱਕ ਨਹੀਂ ਜਾਂਦਾ, ਜੇ ਤੁਸੀਂ ਆਪਣੇ ਮੰਚ 'ਤੇ ਵੀ ਮੌਜੂਦ ਹੋ ਤਾਂ ਤੁਹਾਨੂੰ ਬੋਲਣ ਤੱਕ ਨਹੀਂ ਦਿੱਤਾ ਜਾਂਦਾ। ਸੋ ਇਹ ਮੈਂ ਸਮਝਦਾ ਕਿ ਪਰਿਵਾਰ ਦੇ ਵਿੱਚ ਜਿਹੜੀ ਅਣਦੇਖੀ ਹੈ, ਔਰ ਭਾਰਤ ਜੋੜੋ ਯਾਤਰਾ ਹੋਈ ਉਹਦੇ 'ਚ ਤਾਂ ਕੁੱਲ ਮਿਲਾ ਕੇ ਤਾਂ ਮੇਰਾ ਖਿਆਲ ਲੀਡਰ ਜਿਹੜੀਆਂ ਟੌਪ ਪੋਸਟ ਨੇ, ਪ੍ਰੈਜੀਡੈਂਟ ਨੇ, ਵਰਕਿੰਗ ਪ੍ਰੈਜੀਡੈਂਟ ਹੈ, LOP ਹੈ ਅਤੇ ਡੈਪਟੀ LOP ਹੈ, ਉਹਦੇ 'ਚ ਤਾਂ ਮੈਨੂੰ ਕਿਤੇ ਆਪਣੀ ਮੈਨੂੰ ਸਾਡੇ ਸਾਥੀ ਕਹਿੰਦੇ ਰਹੇ, ਹਾਲਾਂਕਿ ਮੈਂ ਫੋਟੋਆਂ 'ਤੇ ਬਹੁਤਾ ਯਕੀਨ ਨਹੀਂ ਕਰਦਾ, ਉਹ ਲੀਡਰ ਨਹੀਂ ਹਾਂ ਮੈਂ, ਪਰ ਤੁਸੀਂ ਮਾਨ ਸਨ ਤੁਸੀਂ ਕੋਈ ਤੁਹਾਡਾ ਸਿਸਟਮ ਤਾਂ ਹੋਵੇ ਨਾ, ਫੋਟੋ ਵੀ ਵਿਖਾਈ ਹੋਵੇ, ਤੁਸੀਂ ਸਿਸਟਮ ਤਾਂ ਹੋਵੇ ਨਾ, ਜੇ ਫੋਟੋ ਜਾਂ ਤਾਂ ਆਪਣੀ ਵੀ ਨਾ ਲਾਓ, ਸਿਰਫ ਆਪਣਾ ਟੌਪ ਲੀਡਰਸ਼ਿਪ ਦੀ ਲਾ ਲਓ, ਠੀਕ ਹੈ, ਨੋ ਪ੍ਰੋਬਲਮ, ਤੁਹਾਡੀ ਨਹੀਂ ਲਾਈ ਨਹੀਂ, ਸਾਨੂੰ ਉਹ ਵੀ ਨਹੀਂ ਕੋਈ ਪ੍ਰੋਬਲਮ, ਬਟ ਇਹ ਵੀ ਗੱਲ ਤਾਂ ਇਹ ਮਾਨ ਸਨਮਾਨ ਦੇ ਤਰੀਕੇ ਹੁੰਦੇ ਆ, ਤੁਸੀਂ ਪਰਿਵਾਰ ਦੇ ਵਿੱਚ ਜੇ ਇੱਕ ਤੁਹਾਡਾ ਤੁਸੀਂ ਪਰਿਵਾਰ ਦੇ ਵਿੱਚ ਜੇ ਉਹਨਾਂ ਦੇ ਬੱਚੇ ਹੋ ਜਾਂ ਮਾਂ ਬਾਪ, ਹਰ ਇੱਕ ਦਾ ਜਿਹੜਾ ਮਾਣ ਸਨਮਾਨ ਹੈ ਉਹ ਜਿਹੜਾ ਬਰਕਰਾਰ ਰਹਿਣਾ ਬਹੁਤ ਜ਼ਰੂਰੀ ਹੈ। ਅੱਛਾ, ਮਤਲਬ ਕਿ ਉਪ ਨੇਤਾ ਵਿਰੋਧੀ ਧਿਰ ਤਾਂ ਬਣਾ ਤਾ, ਪਰ ਬਣਾ ਤਾ ਗੱਲੀ ਬਾਤੀ ਰਬੜ ਦੀ ਮੋਹਰ? ਦੇਖੋ, ਰਬੜ ਦੀ ਮੋਹਰ ਤਾਂ ਹੈ ਹੀ ਨਾ, ਤਾਂ ਉੱਥੇ ਸੈਸ਼ਨ ਦੇ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ, ਸਾਰਾ ਸਮਾਂ ਜਿਹੜਾ ਜਿਹੜੇ ਪ੍ਰੋਮੀਨੈਂਟ ਲੀਡਰ ਆਪਣਾ, ਨਾ ਸਾਡੇ ਦੂਜੇ ਜਿਹੜੇ ਵਿਚਾਰੇ ਹੋਰ ਵਿਧਾਇਕ ਚੁਣ ਕੇ ਆਏ ਆ, ਕਿਸੇ ਨੂੰ ਬੋਲਣ ਤਾਂ ਦਿੱਤਾ ਜਾਵੇ ਨਾ, ਜੇ ਆਪਾਂ ਬੋਲਾਂਗੇ ਤਾਂ ਹੀ ਆਪਣੀ ਗੱਲ, ਆਪਣੇ ਹਲਕੇ ਦੀ ਗੱਲ, ਹੋਰ ਗੱਲਾਂ ਜਿਹੜੀਆਂ ਉਹ ਅਸੀਂ ਪਹੁੰਚਾ ਸਕਦੇ ਹਾਂ। ਚੱਪਲ ਸਰ, ਇੱਕ ਨਾ ਚੀਜ਼ ਦੱਸਿਓ, ਆ ਜਾਓ ਇੱਕ ਮੈਨੂੰ ਚੀਜ਼ ਦੱਸਿਓ ਵੀ ਜਦੋਂ ਤੁਸੀਂ ਚਰਚਾ ਦਾ ਪਹਿਲਾਂ ਵੀ ਤੁਸੀਂ ਕਈ ਚੀਜ਼ਾਂ 'ਚ ਰਹੇ, ਪਰ ਇੱਕ ਤੁਸੀਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਜਦੋਂ ਤੁਸੀਂ ਪਾਰਟੀ ਜੰਪ ਮਾਰਿਆ, ਉਦੋਂ 2-4 ਦਿਨ ਪਹਿਲਾਂ ਤੀਕਰ ਬੜੇ ਚਰਚਾ 'ਚ ਆਏ ਸੀ, ਇੱਕ ਤਾਂ ਸਿਰ 'ਤੇ ਜਿਹੜੀ ਪੰਡ ਰੱਖੀ ਫਿਰਦੇ ਸੀ ਤੁਸੀਂ, ਇੱਕ ਸੰਗਲ ਲੈ ਕੇ ਆਏ ਸੀ, ਤਾਂ ਜਿਹੜਾ ਉਹ ਇਵੈਂਟ ਸੀ ਉਹ ਪਾਰਟੀ ਦੇ ਨਾਲ ਰੈਮ ਬਸ਼ਰੇ ਨਾਲ ਹੋਇਆ ਜਾਂ ਫਿਰ ਤੁਸੀਂ ਇੰਡੀਪੈਂਡੈਂਟ ਕੀਤਾ ਫਿਰ ਮੌਕਾ ਮਿਲਿਆ ਤਾਂ ਨਹੀਂ, ਉਹ ਵੀ ਮੌਕਾ ਨਹੀਂ ਸੀ ਮਿਲਣਾ? ਆ ਦੇਖੋ, ਪਾਰਟੀ ਨਾ ਜੇ ਰਾਏ ਮਸ਼ਵਰੇ ਨਾਲ ਕਰਦੇ ਸ਼ਾਇਦ ਨਾ ਹੁੰਦਾ, ਕਿਉਂਕਿ ਪਾਰਟੀ ਜਿਹਦੇ 'ਚ ਸੀਗੇ ਉਹ ਤਾਂ ਕੁਛ ਕਰਨ ਦਾ ਤਾਂ ਮੌਕਾ ਹੀ ਨਹੀਂ ਦਿੰਦੇ ਸੀ, ਨਾ ਕੁਛ ਸਲਾਹ ਕਰਦੇ ਸੀ, ਨਾ ਕੁਛ ਬੋਲਣ ਦਿੱਤਾ ਜਾਂਦਾ ਸੀ। ਆਪਦੀ ਘਰੋਂ ਲਿਆਏ ਸੀ ਜਿਹੜੀ ਕਰਜ਼ੇ ਦੀ ਪੰਡ ਆ, ਜਾਂ ਜੇ ਉਹ ਆਪਾਂ ਪ੍ਰਦਰਸ਼ਨ ਵੀ ਕੀਤਾ, ਇਹਦਾ ਮਤਲਬ ਇਹ ਹੈ ਵੀ ਮੈਂ ਜਿਸ ਰੋਲ ਦੇ ਵਿੱਚ ਵੀ ਰਿਹਾ ਉਸ ਰੋਲ ਨੂੰ ਭਾਵੇਂ ਜਿਹੜੀ ਪੁਰਾਣਾ ਪਰਿਵਾਰ ਹੈ ਉਹਦੇ ਵਿੱਚ ਸਾਨੂੰ ਉਹ ਨਹੀਂ ਕਰਨ ਦਾ ਮੌਕਾ ਮਿਲਿਆ, ਪਰ ਆਪਣੀ ਮਜ਼ਬੂਤੀ ਦੇ ਨਾਲ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਉਠਾਉਂਦੇ ਰਹੇ ਹਾਂ। ਤੁਹਾਡੇ ਕਹਿਣ ਦਾ ਭਾਵ ਹੈ ਕਿ ਪ੍ਰਦਰਸ਼ਨ ਵੀ ਉੱਥੇ ਲਿਮਿਟਡ ਸੀ ਕਿ ਕਿਹੜੇ ਬੰਦੇ ਕਰ ਸਕਦੇ ਕਿਹੜੇ ਨਹੀਂ ਕਰ ਸਕਦੇ? ਨਹੀਂ, ਪ੍ਰਦਰਸ਼ਨ ਮੇਰੇ ਨਾਲ ਤਾਂ ਆ ਕੇ ਖੜਾ ਹੀ ਕੋਈ ਨਹੀਂ ਹੋਇਆ, ਉੱਠ ਕੇ ਤੁਹਾਡੇ ਸਾਹਮਣੇ, ਸ਼ਾਇਦ ਤੁਸੀਂ ਵੀ ਉੱਥੇ ਸੀ, ਸਾਰੇ ਵਿਚਾਰੇ ਆਪਣਾ ਚੱਲਦੇ ਹੋਏ ਅਤੇ ਉਹ 'ਚ ਵੀ ਮੈਂ ਇਕੱਲਾ ਹੀ ਸੀ, ਹੱਥ ਨਹੀਂ ਪਵਾਏ ਗਏ? ਨਾ ਨਾ ਜੀ, ਪੰਡ ਨੂੰ ਤਾਂ ਵਿਚਾਰੇ ਦੇਖ ਕੇ ਪਰੇਸ਼ਾਨ ਹੀ ਹੋ ਗਏ, ਸੋ ਇਸ ਕਰਕੇ ਪਤਾ ਨਹੀਂ ਸੀ ਕਿ ਚੱਪੇਵਾਲ ਸਾਹਿਬ ਅੱਜ ਇੱਦਾਂ ਦਾ ਪ੍ਰਦਰਸ਼ਨ ਕਰਨ ਆ ਰਹੇ, ਪਤਾ ਨਹੀਂ ਪਤਾ, ਬਟ ਇਹ ਵੀ ਦੇਖਿਆ ਉਹਨਾਂ ਨੇ ਜ਼ਰੂਰ, ਪਰ ਉਹਦੇ ਵਿੱਚ ਮੈਨੂੰ ਉਹਦੇ ਵਿੱਚ ਵੀ ਸਹਿਯੋਗ ਨਾ ਮਿਲਣਾ ਜਿਹੜਾ ਉਹ ਸਮਝਦਾ, ਮੈਂ ਸਮਝਦਾ ਕਿ ਬੜਾ ਵੱਡਾ ਤੁਹਾਨੂੰ, ਤੁਸੀਂ ਡਿਸਕਰੇਜ ਹੁੰਦੇ ਹੋ ਉਹਨਾਂ ਚੀਜ਼ਾਂ ਦੇ ਵਿੱਚ, ਆਪਣੇ ਸਾਥੀਆਂ ਨੂੰ ਤੁਹਾਨੂੰ ਸਹਿਯੋਗ ਦੇਣਾ ਚਾਹੀਦਾ, ਉਹਨਾਂ ਨੂੰ ਬੈਕਅਪ ਕਰਨਾ ਚਾਹੀਦਾ ਤਾਂ ਕਿ ਜਿਹੜਾ ਜਿਹੜੇ ਇਸ਼ੂਜ਼ ਆ ਹੋਰ ਮਜ਼ਬੂਤੀ ਨਾਲ ਉਠਾਏ ਜਾ ਸਕਣ। ਅਤੇ ਮਤਲਬ ਇੱਕ ਚੀਜ਼ ਹੋਰ, ਇੱਕ ਅੱਜ ਜਾਖੜ ਸਾਹਿਬ ਨੇ ਪਾਠਕ ਸਾਹਿਬ ਨੂੰ ਲੈ ਕੇ ਜਿਹੜਾ ਹੈਗਾ ਕੁਝ ਸ਼ਬਦ ਲਿਖੇ ਆ, ਉਹ ਕਹਿੰਦੇ ਕਿ ਪਹਿਲਾਂ ਕਾਂਗਰਸ ਇੱਦਾਂ ਕਰਦੀ ਸੀ ਵੀ ਜਿਹੜਾ ਕਾਂਗਰਸ 'ਚੋਂ ਚਲਾ ਗਿਆ ਉਹ ਕਹਿੰਦੇ ਵੀ ਕੂੜਾ ਕਚਰਾ ਸੀ, ਵਾਧੂ ਹੀ ਸੀ, ਜਿਹੜੇ ਆਪ 'ਚੋਂ ਜਾਂਦੇ ਆ ਉਹ ਕਹਿੰਦੇ ਵੀ ਵਾਧੂ ਹੀ ਸੀ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ, ਅਤੇ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਦੇ ਕਿ ਹੰਕਾਰ ਝਲਕਦਾ। ਦੇਖੋ, ਮੈਨੂੰ ਇਸ ਤਰ੍ਹਾਂ ਦੀ ਸਟੇਟਮੈਂਟ ਬਾਰੇ ਨੌਲੇਜ ਤਾਂ ਨਹੀਂ ਹੈ, ਪਰ ਜਦੋਂ ਕੋਈ ਲੀਡਰ ਸਵਿੱਚ ਕਰਦਾ ਹੈ ਅਤੇ ਪਾਰਟੀਆਂ ਨੂੰ, ਮੈਂ ਸਮਝਦਾ ਕਿ
ਦੁੱਖ ਵੀ ਹੁੰਦਾ ਹੈ, ਜੋ ਰਿਐਕਸ਼ਨਸ ਵੀ ਆਉਂਦੇ ਆ, ਨੋਰਮਲ ਰਿਐਕਸ਼ਨਸ ਵੀ ਆਉਂਦੇ ਆ, ਮੇਰੇ ਕੇਸ 'ਚ ਵੀ ਆਏ ਆ। ਸੋ ਇਹ ਗੱਲ ਜ਼ਰੂਰ, ਦੁੱਖ ਤਾਂ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜਦੋਂ ਰਿੰਕੂ ਜੀ ਆਏ ਆ ਉਦੋਂ ਤਾਂ ਉਹ ਵਿਧਾਇਕ ਵੀ ਨਹੀਂ ਸੀ, ਅਤੇ ਉਸ ਹਨੇਰੀ ਦੇ ਵਿੱਚ ਉਹ ਵੀ ਹਾਰੇ ਹੋਏ ਸੀ, ਔਰ ਉਸਨੂੰ ਮੈਂਬਰ ਪਾਰਲੀਮੈਂਟ ਬਣਾਉਣਾ ਅਤੇ ਉਸ ਤੋਂ ਬਾਅਦ ਚਲੇ ਜਾਣਾ। ਇੱਕ ਤਾਂ ਹੁੰਦਾ ਉਮੀਦਵਾਰ ਐਲਾਨ ਕਰਨਾ ਬਾਕੀ ਹੈ, ਉਮੀਦਵਾਰ ਐਲਾਨ ਕਰਨ ਤੋਂ ਬਾਅਦ ਚਲੇ ਜਾਣਾ, ਉਹ ਕਿਤੇ ਨਾ ਕਿਤੇ ਜਿਹੜੀ ਹਾਰਟ ਬਰਨ ਜਿਹੜਾ ਹੈ ਉਹ ਜਿਹੜਾ ਕੀ ਕਹਿੰਦੇ ਹੁੰਦੇ ਕਿ ਜਿਹੜਾ ਦੁੱਖ ਤਾਂ ਜ਼ਰੂਰ ਪਹੁੰਚਦਾ। ਪਰ ਸਾਹਿਬ ਤੁਹਾਡੇ ਨਾਲ ਦੋ ਹੈ, ਇੱਕ ਇੱਧਰ ਖੜ੍ਹਾ ਇੱਕ ਇੱਧਰ ਖੜ੍ਹਾ, ਅਤੇ ਰਿੰਕੂ ਜੀ ਦੇ ਨਾਲ ਚਾਰ ਇੱਧਰ ਖੜ੍ਹੇ ਅਤੇ ਚਾਰ ਇੱਧਰ ਖੜ੍ਹੇ। ਦੇਖੋ ਬੇਸਿਕਲੀ ਤਾਂ ਉਹ ਤਾਂ ਮੈਨੂੰ ਇਹੀ ਲੱਗਦਾ ਵੀ ਪਤਾ ਨਹੀਂ ਕੋਈ ਬੰਦਾ ਡਰਾ ਕੇ ਸੈਂਟਰ 'ਚ ਖੜ੍ਹਾ ਕੀਤਾ ਆ। ਉਹ ਤਾਂ ਇੱਕ ਪੰਜਾਬੀਆਂ ਨੂੰ ਇੱਕ ਉਹ ਇੱਕ ਨਾ ਮੋਹਿਤ ਕਰਨ ਦਾ ਤਰੀਕਾ ਪੰਜਾਬ ਦੇ ਲੀਡਰਾਂ ਨੂੰ ਵੀ ਦੇਖੋ ਜੀ ਅਸੀਂ ਇੰਨੀ ਤੁਹਾਡੇ ਵਾਈ ਸਿਕਿਉਰਿਟੀ ਦੇਵਾਂਗੇ, ਔਰ ਪੰਜ ਕੁ ਇੱਧਰ ਖੜ੍ਹੇ, ਮੈਨੂੰ ਤਾਂ ਲੱਗਦਾ ਜਿੱਦਾਂ ਰਿੰਕੂ ਵਿੱਚ ਕੈਦੀ ਖੜ੍ਹਾ ਹੋਵੇ ਇੱਦਾਂ ਲੱਗਦਾ। ਨਹੀਂ ਤੁਹਾਡਾ ਤਾਂ ਨਹੀਂ ਜੀਜਾ ਕਰਦਾ ਕਿਤੇ, ਕਿਉਂਕਿ 10 ਕੁ ਮਹੀਨੇ ਲਾ ਕੇ ਰਿੰਕੂ ਜੀ ਵੀ ਫਿਰ ਬਦਲ ਗਏ, ਅਤੇ ਉਹ ਸਿਕਿਉਰਿਟੀ ਸਕਿਉਰਟੀ ਦੇਖ ਕੇ ਜੀਜਾ ਨਹੀਂ ਕਰਦਾ ਵੀ ਪਹਿਲਾਂ ਸ਼ਾਇਦ ਡਿਸੀਜਨ ਹੋਰ ਵੀ ਲਿਆ ਜਾ ਸਕਦਾ ਸੀ। ਦੇਖੋ ਗੱਲ ਹੈ ਵੀ ਮੈਂ ਪਾਰਟੀ ਜਦੋਂ ਤੋਂ ਆਇਆ ਉਦੋਂ ਤਾਂ ਕੋਡ ਆਫ ਕੰਡਕਟ ਵੀ ਨਹੀਂ ਲੱਗਾ ਸੀ, ਅਤੇ ਮੈਂ ਚਾਹੁੰਦਾ ਤਾਂ ਮੈਂ ਵੀ 10-12 ਤਾਂ ਪੰਜਾਬ ਸਰਕਾਰ ਦੇ ਹੀ ਦਿੰਦੀ ਜੇ ਮੈਂ ਕਹਿੰਦਾ ਕਹਿ ਕੇ। ਤਾਂ ਵੇਖੋ ਕਿ 5-4 ਮੇਰੇ ਤੋਂ ਹੋਰ ਵਧਾਓ ਜੀ, ਇੱਧਰ ਤਾਂ 6-6 8-8 ਹੋ ਗਏ। ਸਾਨੂੰ ਲੋੜ ਹੀ ਨਹੀਂ ਜੀ, ਜਿੰਨੇ ਸਾਡੇ ਹੈਗੇ ਆ ਜਿੰਨੇ ਜੋ ਸਾਨੂੰ ਆਥੋਰਾਈਜ਼ਡ ਹੈ, ਜੋ ਸਾਨੂੰ ਆਥੋਰਾਈਜੇਸ਼ਨ ਬਣਦਾ ਅਸੀਂ ਉਹਦੇ ਨਾਲ ਖੁਸ਼ ਹਾਂ, ਅਤੇ ਜਿੰਨੇ ਵੀ ਸਾਡੇ ਸਿਕਿਉਰਿਟੀ ਗਾਰਡਸ ਨੇ ਵਿਚਾਰੇ ਅੱਛੀ ਤਰ੍ਹਾਂ ਸਿਕਿਉਰਿਟੀ ਕਰ ਰਹੇ ਆ, ਅਤੇ ਇਸ ਕਰਕੇ ਜ਼ਰੂਰਤ ਨਹੀਂ ਹੈ ਪੰਜਾਬ ਸਰਕਾਰ 'ਤੇ ਜਾਂ ਸਰਕਾਰ 'ਤੇ ਕਿਸੇ ਵੀ ਸਰਕਾਰ 'ਤੇ ਬੋਝ ਪਾਉਣ ਦੀ ਮੈਂ ਜ਼ਰੂਰਤ ਸਮਝਦਾ ਨਹੀਂ। ਅੱਛਾ ਜਬਿਓ ਸਾਹਿਬ, ਕੀ ਲੱਗਦਾ ਤੁਹਾਨੂੰ ਕਿ ਅੱਗੇ ਟਾਰਗੇਟ ਕੀ, ਟਾਰਗੇਟ ਨਹੀਂ ਮਤਲਬ ਚੁਣੌਤੀਆਂ ਕੀ ਲੱਗਦੀਆਂ ਸਾਹਮਣੇ, ਆ ਜਾਓ, ਚੁਣੌਤੀਆਂ ਕੀ ਲੱਗਦੀਆਂ ਕਿ ਜਦੋਂ ਚੋਣ ਮੈਦਾਨ ਦੇ ਵਿੱਚ ਜਾਣਾ ਤਾਂ ਉੱਥੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈ ਸਕਦੀਆਂ, ਕਿਸ ਤਰ੍ਹਾਂ ਦੇ, ਕਿਉਂਕਿ ਜਿਹੜੇ ਪਹਿਲਾਂ ਜਿਨ੍ਹਾਂ ਲੋਕਾਂ ਦੇ ਸਾਹਮਣੇ ਪ੍ਰਚਾਰ ਕਰਦੇ ਰਹੇ ਅੱਜ ਉਹਨਾਂ ਲੋਕਾਂ ਦੇ ਨਾਲ ਜਾ ਕੇ ਜਿਹੜਾ ਕਿਤੇ ਨਾ ਕਿਤੇ ਬੈਠੇ ਨਜ਼ਰ ਆਉਣਾ, ਤਾਂ ਉੱਥੇ ਪੋਲੀਟੀਕਲੀ ਮਤਲਬ ਆਮ ਲੋਕ ਸਮਝਣਾ ਚਾਹੁੰਦੇ ਆ ਕਿ ਕਿੰਨੀ ਦਿੱਕਤ ਆਉਂਦੀ ਹੈ ਇਹਦੇ 'ਚ। ਦੇਖੋ ਮੈਂ ਜਿੱਥੇ ਤੱਕ ਆਪਣੇ ਜਦੋਂ ਮੈਂ ਨਵੇਂ ਪਰਿਵਾਰ 'ਚ ਸ਼ਾਮਿਲ ਹੋਇਆ, ਉਸ ਪਰਿਵਾਰ 'ਚ ਸ਼ਾਮਿਲ ਹੋਣ ਤੋਂ ਬਾਅਦ ਮੈਂ ਆਪਣੇ ਹਲਕੇ 'ਚ ਵੀ ਸਾਰੇ ਲੋਕਾਂ ਦੇ ਨਾਲ ਔਰ ਆਲੇ ਦੁਆਲੇ ਵੀ ਜਿੰਨੇ ਸਾਡੇ ਪੁਰਾਣੀ ਪਾਰਟੀ ਦੇ ਨਾਲ ਪੁਰਾਣੇ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ, ਔਰ ਉਹਨਾਂ ਦੇ ਵਿੱਚ ਵੀ ਪੂਰਾ ਜੋਸ਼ ਹੈ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਵੀ ਨਾਲ ਚੱਲਣਗੇ, ਔਰ ਜਿਹੜਾ ਸੰਗਠਨ ਹੈ ਜਿਸ ਨੂੰ ਜੁਆਇਨ ਕੀਤਾ ਉਹ ਸੰਗਠਨ ਦੇ ਸਾਥੀ ਵੀ ਅੱਜ ਉਹ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੇ ਵੀ ਜਿਹੜੇ ਮੈਨੂੰ ਮਿਲ ਕੇ, ਜਾਂ ਆਈ ਡੋਂਟ ਨੋ ਵਟ ਇਜ਼ ਦਾ ਰੀਜ਼ਨ। ਸੋ ਮੈਨੂੰ ਚਾਹੇ ਵਿਧਾਇਕ ਨੇ, ਚਾਹੇ ਸਾਡੇ ਉੱਥੋਂ ਮੰਤਰੀ ਨੇ, ਜਾਂ ਪ੍ਰਧਾਨ ਨੇ ਮਾਨ ਸਾਹਿਬ, ਸੋ ਸਾਰਿਆਂ ਵੱਲੋਂ ਜਿਹੜਾ ਪਿਆਰ ਆ ਉਹ ਭਰਪੂਰ ਮਿਲ ਰਿਹਾ, ਸਮਰਥਨ ਭਰਪੂਰ ਮਿਲ ਰਿਹਾ। ਸੋ ਮੈਨੂੰ ਪੂਰੀ ਉਮੀਦ ਹੈ ਕਿ ਹੁਣ ਜਿਸ ਤਰ੍ਹਾਂ ਸਾਡੇ ਕਾਂਗਰਸ 'ਚੋਂ ਵੀ ਸਾਡਾ ਪਰਿਵਾਰ ਹੁਣ ਜਿਹੜੇ ਪੁਰਾਣੇ ਪਰਿਵਾਰ ਰਹੇ ਆ ਉਹ ਵੀ ਸਾਡੇ ਸਾਥੀ, ਔਰ ਨਵੇਂ ਉਹਦੀ ਜਿਹੜੇ ਜੋੜ ਦੇ ਨਾਲ ਉਹਨਾਂ ਦੇ ਜੋ ਆਪਸ ਦੇ ਵਿੱਚ ਜੋ ਹੁਣ ਜੋੜ ਮੇਲ ਹੋਏਗਾ ਉਸ ਤੋਂ ਮੈਨੂੰ ਬਹੁਤ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ। ਅੱਛਾ, ਕਾਂਗਰਸ ਨਾਲ ਜਿਹੜੀ ਗੱਠਜੋੜ ਦੀ ਗੱਲ ਕਦੇ ਚੱਲ ਪੈਂਦੀ ਹੈ, ਕਦੇ ਰੁਕ ਜਾਂਦੀ ਹੈ, ਕਦੇ ਫੁੱਲ ਸਟੋਪ ਲੱਗ ਜਾਂਦਾ, ਇੱਕ ਵਾਰੀ ਫਿਰ ਦਿੱਲੀਓਂ ਸੁਨੇਹਾ ਆਇਆ, ਉਸ ਗੱਠਜੋੜ ਨੂੰ ਲੈ ਕੇ ਕੀ ਲੱਗਦਾ, ਚੱਬੇਵਾਲ ਕੀ ਸੋਚਦੇ ਆ ਕਿ ਉਹ ਗੱਠਜੋੜ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਹੁੰਦਾ ਤਾਂ ਕੀ ਰਹਿ ਸਕਦਾ, ਨਹੀਂ ਹੁੰਦਾ ਤਾਂ ਕੀ ਰਹਿ ਸਕਦਾ। ਜਦੋਂ ਅਸੀਂ ਇੱਕ ਆਪਣੇ ਪਰਿਵਾਰ ਦੇ ਵਿੱਚ, ਮੈਂ ਜਦੋਂ ਪਰਿਵਾਰ ਦੀ ਸੋਚ ਹੈ ਉਹ ਜੋ ਵੀ ਪਰਿਵਾਰ ਦੀ ਸੋਚ ਹੋਏਗੀ ਉਹ ਸਰਬ ਸਨਮਾਨਿਤ ਹੁੰਦੀ ਹੈ। ਪਰਿਵਾਰ ਦੇ ਵਿੱਚ ਜਿਹੜਾ ਇੰਡੀਵਿਜੂਅਲ ਓਪੀਨੀਅਨ ਨਹੀਂ ਕੋਈ ਹੁੰਦਾ, ਜੋ ਵੀ ਹਾਈ ਕਮਾਂਡ ਡਿਸਾਈਡ ਕਰੇਗੀ ਕਿ ਜਾਂ ਕੀਤਾ ਹੈ, ਅਸੀਂ ਉਸ ਦੇ ਹਿਸਾਬ ਦੇ ਨਾਲ ਲੜਾਂਗੇ ਲੜਾਈ, ਜਿਹੜੀ ਆਪਣੇ ਪੂਰੇ ਜੋਸ਼ ਦੇ ਨਾਲ ਲੜਾਂਗੇ, ਕਿਉਂਕਿ ਸੀਟਾਂ ਅਲਾਇੰਸ 'ਚ ਲੜਨਾ ਨਹੀਂ ਲੜਨਾ, ਜਿਸ ਤਰ੍ਹਾਂ ਰੈਲੀ ਵੀ ਹੋਈ ਹੈ
ਉਸ ਰੈਲੀ ਦੇ ਵਿੱਚ ਸਾਰੀ ਲੀਡਰਸ਼ਿਪ ਤੁਸੀਂ ਦੇਖਿਆ ਹੋਣਾ ਮੰਚ ਤੇ ਸਾਰੀ, ਉੱਥੇ ਝੰਡੇ ਤੇ ਲੀਡਰਸ਼ਿਪ ਇਕੱਠੇ ਨਜ਼ਰ ਆਉਂਦੇ ਆ, ਇੱਥੇ ਆਹਮਣੇ ਸਾਹਮਣੇ ਨਜ਼ਰ ਆਉਂਦੇ ਆ। ਦੇਖੋ ਇਹ ਪਾਰਟੀ ਦੀ ਆਪਣੀ ਸਟ੍ਰੈਟਜੀ ਹੋ ਸਕਦੀ ਹੈ, ਸੋਚ ਹੋ ਸਕਦੀ ਹੈ, ਤੇ ਪਾਰਟੀ ਦੀ ਜੇਕਰ ਜਿਹੜੀ ਵੀ ਸੋਚ ਹੋਈ ਅਸੀਂ ਉਸ ਸੋਚ ਨੂੰ ਲੈ ਕੇ ਅੱਗੇ ਵਧਾਂਗੇ। ਬਿਲਕੁਲ, ਲੋਕ ਬੜੇ ਕਨਫਿਊਜ਼ ਹੋ ਜਾਂਦੇ ਚੱਬੇਵਾਲ ਸਾਹਿਬ, ਲੋਕ ਕਹਿੰਦੇ ਇਹ ਵੀ ਹੈ ਜੇ ਤਾਂ ਪਾਰਟੀ ਇੱਥੇ ਮਾੜੀ ਆ ਉੱਥੇ ਚੰਗੀ ਕਿਵੇਂ ਹੈ, ਜੇ ਉੱਥੇ ਚੰਗੀ ਹੈ ਤਾਂ ਇੱਥੇ ਮਾੜੀ ਕਿਵੇਂ ਆ, ਲੋਕ ਕਨਫਿਊਜ਼ ਹੋ ਜਾਂਦੇ ਨੇ। ਹੁਣ ਲੋਕ ਸਵਾਲ ਕਰਦੇ ਇਸ ਤਰ੍ਹਾਂ, ਗੱਲ ਚੰਗੀ ਜਾਂ ਮਾੜੀ ਦੀ ਗੱਲ ਨਹੀਂ, ਗੱਲ ਅਲੱਗ ਅਲੱਗ ਜਾਂ ਇਕੱਠੇ ਲੜਨ ਦੀ ਨਹੀਂ ਹੈ, ਗੱਲ ਇਹ ਹੈ ਵੀ ਅੱਜ ਜੋ ਦੇਸ਼ ਦੇ ਵਿੱਚ ਜੋ ਮਾਹੌਲ ਹੈ, ਤੁਸੀਂ ਦੇਖਿਆ ਹੋਣਾ ਕਿ ਅਰਵਿੰਦ ਕੇਜਰੀਵਾਲ ਜੀ, ਉਸ ਤੋਂ ਪਹਿਲਾਂ ਸਿਸੋਦੀਆ ਜੀ, ਜੈਨ ਸਾਹਿਬ, ਹੋਰ ਜਿੰਨੇ ਵੀ ਸਾਥੀ ਆਪਣੇ ਹੋਰ ਸਾਥੀ ਜੱਟ ਜਿੰਨੇ ਵੀ ਆ, ਉਹਨਾਂ 'ਤੇ ਜਿਸ ਤਰ੍ਹਾਂ ਨਜਾਇਜ਼ ਜਿਹੜੇ ਪਰਚੇ ਕੀਤੇ ਜਾ ਰਹੇ ਆ, ਤੁਸੀਂ ਈਵਨ ਸੁਪਰੀਮ ਕੋਰਟ ਕਹਿ ਰਹੀ ਆ ਵੀ ਭਾਈ ਤੁਸੀਂ ਜਿਹੜੇ ਪੈਸੇ ਆਏ ਆ ਉਹਨਾਂ ਦੀ ਕੋਈ ਡਿਟੇਲ ਤਾਂ ਦਿਖਾਓ, ਮਨੀ ਟ੍ਰੇਲ ਤਾਂ ਦਿਖਾਓ, ਉਹ ਨਹੀਂ ਆ, ਸਿਰਫ ਇੱਕ ਮਹਿਜ਼ ਬਿਆਨਾਂ 'ਤੇ ਪਰਚਾ ਜਿਹੜਾ ਕਰ ਲੈਣਾ। ਬੀਜੇਪੀ ਦੇ ਲੀਡਰ ਤਾਂ ਕਹਿੰਦੇ ਇੱਕ ਪੰਜਾਬ ਵਾਲੇ ਪਾਸੇ ਵੀ ਹੋਵੇ ਈਡੀ ਹੁਣ। ਨਹੀਂ ਨਹੀਂ ਅਸੀਂ ਤਾਂ ਦੇਖੋ ਕਹਿੰਦੇ ਨਹੀਂ, ਈਡੀ ਨੂੰ ਰੋਕਿਆ ਕਿ ਨਾ, ਈਡੀ ਨੂੰ ਕਿਸੇ ਨੇ ਰੋਕਿਆ ਥੋੜ੍ਹੀ, ਈਡੀ ਜਿੱਧਰ ਮਰਜ਼ੀ ਹੋਵੇ ਉਹ ਪੂਰਾ ਉਹਨਾਂ ਦਾ ਪੂਰਾ ਕਿਤੇ ਵੀ ਜਾ ਸਕਦੇ ਆ, ਕਿਸੇ ਨੂੰ ਪੁੱਛ ਸਕਦੇ ਆ। ਸੋ ਇਸ ਕਰਕੇ ਪਰ ਨਜਾਇਜ਼ ਪੁੱਛਗਿੱਛ ਜਿਹੜੀ ਹੈ ਉਸ ਬਿਲਕੁਲ ਸਾਹਮਣੇ ਆ ਰਹੀ, ਜੋ ਇਸ ਤਰ੍ਹਾਂ ਦੇ ਜਦੋਂ ਤਸ਼ੱਦਦ ਕੀਤੇ ਜਾਂਦੇ ਆ ਅਤੇ ਉਦੋਂ ਵਿਰੋਧੀ ਧਿਰਾਂ ਜਿਹੜੀਆਂ ਇਕੱਠੀਆਂ ਹੁੰਦੀਆਂ, ਔਰ ਕੇਜਰੀਵਾਲ ਸਾਹਿਬ ਦੇ ਜਾਣ ਦੇ ਨਾਲ, ਅੰਦਰ ਜਾਣ ਦੇ ਨਾਲ ਇੱਕ ਲੋਕਾਂ ਦੇ ਵਿੱਚ ਜਿਹੜੀ ਇੱਕ ਤਾਂ ਜਿੱਥੇ ਇੱਕ ਲਹਿਰ ਪੈਦਾ ਹੋਈ, ਉਹਨਾਂ ਦੇ ਹਮਾਇਤ ਦੀ ਲਹਿਰ ਪੈਦਾ ਹੋਈ ਹੈ, ਉਹਨਾਂ ਦੇ ਹੱਕ ਦੇ ਵਿੱਚ ਲਹਿਰ ਪੈਦਾ ਹੋਈ ਹੈ, ਉੱਥੇ ਜਿਹੜੀਆਂ ਵਿਰੋਧੀ ਧਿਰਾਂ ਤਮਾਮ ਦੇਸ਼ ਦੀਆਂ ਵਿਰੋਧੀ ਧਿਰਾਂ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਕਮਿਊਨਿਸਟ ਪਾਰਟੀ ਹੈ, ਚਾਹੇ ਸਮਾਜਵਾਦੀ ਪਾਰਟੀ ਹੈ ਜਾਂ ਲਾਲੂ ਜੀ ਦੀ ਪਾਰਟੀ ਹੈ, ਉਹ ਸਾਰੀਆਂ ਇੱਕ ਜੁੱਟ ਅਤੇ ਇੱਕ ਮੁੱਠ ਹੋਈਆਂ। ਸੋ ਉਹਨਾਂ ਦੀ ਇਸ ਕੁਰਬਾਨੀ ਨੇ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਨੂੰ ਇਕੱਠਾ ਕੀਤਾ, ਔਰ ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਉਹ ਲਾਭ ਮਿਲੇਗਾ। ਅੱਛਾ, ਇੱਕ ਚੀਜ਼ ਮੈਂ ਹੋਰ ਸਮਝਣੀ ਚਾਹੂੰਗਾ ਵੀ ਜਦੋਂ ਮੰਨ ਲਓ ਗੱਠਜੁੜ ਹੋ ਜਾਂਦਾ, ਜਿਹੜੀ ਪਾਰਟੀ ਛੱਡ ਕੇ ਆਏ ਆ ਉਹਨਾਂ ਨਾਲ ਹੀ ਕਿਤੇ ਗੱਠਜੁੜ ਫਿਰ ਪੰਜਾਬ 'ਚ ਵੀ ਹੋ ਜਾਂਦਾ, ਤਾਂ ਉਹਨਾਂ ਲੀਡਰਾਂ ਦੇ ਨਾਲ ਹੀ ਫਿਰ ਜਾ ਕੇ ਬਹਿਣਾ ਪੈਣਾ, ਤਾਂ ਕਿਤੇ ਨਾ ਕਿਤੇ ਤੂੰ ਲੱਗਦਾ ਨਹੀਂ ਕਿ ਉਹ ਸਥਿਤੀ ਜਿਹੜੀ ਹੈਗੀ ਆ ਕਈ ਵਾਰੀ ਅਜੀਬ ਜੀ ਬਣ ਜਾਂਦੀ ਹੈ? ਦੇਖੋ ਇਹ ਗੱਲ ਇਸ ਵੇਲੇ ਸਥਿਤੀ ਦੀ ਜਾਂ ਪਰਿਸਥਿਤੀਆਂ ਦੀ ਨਹੀਂ ਆ, ਅਤੇ ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਹਾਈਕਮਾਂਡ ਦਾ ਕੀ ਫੈਸਲਾ ਹੁੰਦਾ ਮੈਂ ਉਹਦੇ ਨਾਲ ਤਾਂ ਨਹੀਂ ਜਾਂਦਾ, ਪਰ ਦੇਸ਼ ਦੀ ਬਿਹਤਰੀ ਦੇ ਲਈ ਜੋ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਵੀ ਸਾਰੀ ਲੀਡਰਸ਼ਿਪ ਇਕੱਠੀ ਬੈਠੀ ਸੀ, ਸੋ ਦੇਸ਼ ਦੀ ਬਿਹਤਰੀ ਦੇ ਲਈ ਜੋ ਵੀ ਹਾਈਕਮਾਂਡ ਦਾ ਜਿੱਦਾਂ ਵੀ ਹੁਕਮ ਹੋਇਆ, ਇਕੱਲੇ ਲੜਨਾ ਇਕੱਲੇ ਲੜਾਂਗੇ। ਸੋ ਹਾਈਕਮਾਂਡ ਦੇ ਤਾਂ ਹਮੇਸ਼ਾ ਆਦੇਸ਼ ਹੁੰਦੇ ਨੇ, ਉਹਨਾਂ ਦੇ ਕੀ ਕਨਵੀਨੀਅੰਸ ਆ, ਉਹਨਾਂ ਦੀ ਕੀ ਫੈਸਲੇ ਆ, ਉਹਨਾਂ ਫੈਸਲਿਆਂ ਦੇ ਤਹਿਤ, ਉਸ ਪਰਿਵਾਰ ਦੇ ਫੈਸਲੇ ਦੇ ਤਹਿਤ ਅਸੀਂ ਚੱਲਣਾ ਹੁੰਦਾ ਔਰ ਚੱਲਾਂਗੇ। ਅੱਛਾ, ਇੱਕ ਚੀਜ਼ ਹੋਰ, ਜਦੋਂ ਤੁਸੀਂ ਛੱਡ ਕੇ ਇੱਧਰ ਆਏ ਸੀ ਜਾਂ ਜਦੋਂ ਆਉਣ ਦੀਆਂ ਗੱਲਾਂ ਚੱਲ ਪਈਆਂ ਸੀ, ਤਾਂ ਮਗਰ ਕਿਸੇ ਨੇ ਫੋਨ ਕਰਕੇ ਕਿਹਾ ਵੀ ਨਾ ਭਾਈ ਨਾ ਜਾਈ ਨਾ ਜਾਈ ਨਾ ਜਾਈ, ਮੁੜਿਆ ਮੁੜਿਆ ਮੁੜਿਆ, ਕਿਸੇ ਨੇ ਕੋਈ ਫੋਨ ਸੁਣਿਆ ਕਿ ਜਿਹੜੀ ਕਹਿੰਦੇ ਪ੍ਰਧਾਨ ਸਾਹਿਬ ਹੋਣੀ ਪਹਿਲਾਂ ਬਿਆਨ ਦਿੰਦੇ ਰਹੇ ਜਿਵੇਂ ਜਾਖੜ ਸਾਹਿਬ ਕਹਿ ਰਹੇ ਆ ਕਿ ਉਹ ਕਹਿੰਦੇ ਵੀ ਜਿਹੜਾ ਜਾਂਦਾ ਜਾਵੇ ਸਾਨੂੰ ਫਰਕ ਨਹੀਂ ਪੈਂਦਾ, ਕੋਈ ਮਾੜਾ ਮੋਟਾ ਕੋਸ਼ਿਸ਼ ਕੀਤੀ ਕਿ ਬਾਹਰ ਦੀ ਬਾਰੀ ਸਰ ਗਿਆ? ਨਹੀਂ ਨਹੀਂ, ਫੋਨ ਤਾਂ ਮੈਨੂੰ ਉਮੀਦਵਾਰੀ ਐਲਾਨ ਹੋਣ ਤੋਂ ਬਾਅਦ ਤੱਕ ਵੀ ਆਉਂਦੇ ਰਹੇ। ਅਜੇ ਵੀ ਵੇਖ ਲਓ ਭਾਈ ਕਿੱਦਾਂ ਅੱਗੇ ਚੱਲੇ ਹੋ, ਬੀਜੇਪੀ ਚੱਲੇ ਹੋ ਅਤੇ ਤੁਸੀਂ ਇੱਦਾਂ ਕਰੋ ਕਾਂਗਰਸ 'ਚ ਆ ਜਾਓ। ਅਤੇ ਸੋ ਫੋਨ 'ਤੇ ਆਉਂਦੇ ਰਹੇ ਸਾਡੇ, ਕਿਉਂਕਿ ਦੋਸਤ ਨੇ, ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਸਾਡੇ ਅਜ਼ੀਜ਼ ਦੋਸਤ ਨੇ, ਔਰ ਜਿਹੜਾ ਇਹ ਦੋਸਤੀ ਦਾ ਰਿਸ਼ਤਾ ਹੈ ਬੜਾ ਵਧੀਆ ਰਿਸ਼ਤਾ ਹੁੰਦਾ। ਅਤੇ ਮੈਂ ਤਾਂ ਉਹਨਾਂ ਨੂੰ ਇੱਕੋ ਹੀ ਕਿਹਾ ਵੀ ਹੁਣ ਤਾਂ ਦੋ ਕਦਮ ਨਾ ਅੱਗੇ ਅਤੇ ਨਾ ਦੋ ਕਦਮ ਪਿੱਛੇ, ਹੁਣ ਜਿਸ ਪਰਿਵਾਰ ਦੇ ਵਿੱਚ ਆਏ ਹਾਂ ਉੱਥੇ ਬਿਲਕੁਲ ਆਪਣੀ ਇਮਾਨਦਾਰੀ ਦੇ ਨਾਲ, ਤਨਦੇਹੀ ਦੇ ਨਾਲ ਕੰਮ ਕਰਾਂਗੇ, ਸੇਵਾਵਾਂ ਨਿਭਾਵਾਂਗੇ ਔਰ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰਾਂਗੇ। ਅੱਛਾ, ਆਉਂਦੇ ਟਿਕਟਾਂ ਛੱਡ ਕੇ ਵੀ ਲੀਡਰ ਭੱਜ ਜਾਂਦੇ ਆ, ਰਿੰਕੂ ਹੋਣੀ 10 ਮਹੀਨਿਆਂ 'ਚ ਤੀਜੀ ਥਾਂ ਪਹੁੰਚ ਗਏ, ਉਹ ਟਿਕਟ ਵੀ ਛੱਡ ਗਏ। ਦੇਖੋ ਮੇਰੇ ਲਈ ਤਾਂ ਲੋਕ ਸਭਾ ਦੀ ਟਿਕਟ ਜਿਹੜੀ ਆ ਉਹ ਕੋਈ ਇੰਨੀ ਅਹਿਮੀਅਤ ਨਹੀਂ ਰੱਖਦੀ ਸੀ, ਕਾਂਗਰਸ 'ਚ ਵੀ ਮੈਨੂੰ ਮਿਲ ਰਹੀ ਸੀ, ਮੈਂ ਤਾਂ ਉੱਥੇ ਵੀ ਬਿਲਕੁਲ ਇਹ ਉਹਨਾਂ ਨੂੰ ਕਿਹਾ ਸੀ ਕਿ ਮੈਂ ਜਿਹੜਾ ਲੋਕ ਸਭਾ ਦਾ ਚੋਣਾਵ ਨਹੀਂ ਲੜਨਾ ਚਾਹੁੰਦਾ। ਸੋ ਇਹਨਾਂ ਦੀ ਜੇਕਰ ਸਾਡੇ ਜਿਹੜੀ ਮੌਜੂਦਾ ਪਰਿਵਾਰ ਹੈ ਸਾਡਾ ਆਮ ਆਦਮੀ ਪਾਰਟੀ, ਜੇਕਰ ਉਹਨਾਂ ਦੀ ਇੱਛਾ ਹੈ, ਉਹਨਾਂ ਨੇ ਲੜਾਉਣਾ ਚਾਹਿਆ, ਉਮੀਦਵਾਰ ਐਲਾਨ ਕੀਤਾ
ਅਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ। ਔਰ ਪੂਰੀ ਤਨਦੇਹੀ ਦੇ ਨਾਲ, ਇਮਾਨਦਾਰੀ ਦੇ ਨਾਲ ਇਹ ਲੜਾਈ ਹੁਸ਼ਿਆਰਪੁਰ ਲੋਕ ਸਭਾ ਦੀ ਲੜਾਂਗੇ ਔਰ ਜਿੱਤਾਂਗੇ। ਅੱਛਾ, ਕੀ ਪੂਰੇ ਪੰਜਾਬ 'ਚ ਕੀ ਲੱਗਦਾ ਵੈਸੇ, ਕਿਉਂਕਿ ਤੁਸੀਂ ਤਾਂ ਆਪਣੇ ਤਾਂ ਵਿਰੋਧੀ ਧਿਰ ਸੀ ਅਤੇ ਪੂਰੇ ਪੰਜਾਬ ਦੀ ਨਬਜ਼ ਵੀ ਪਛਾਣਦੇ ਆ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜੋ ਇਤਿਹਾਸਕ ਕੰਮ ਹੋਏ ਨੇ, ਤੁਸੀਂ ਵੀ ਕਵਰ ਕਰਦੇ ਰਹੇ ਹਾਂ, ਪਿਛਲੀਆਂ ਸਰਕਾਰਾਂ ਨੂੰ ਵੀ ਕਵਰ ਕਰਦੇ ਰਹੇ ਹਾਂ, ਔਰ ਉਸਦੇ ਵਿੱਚ ਬਿਜਲੀ ਦਾ ਮੁੱਦਾ ਜਿਹੜਾ ਸੀ ਉਹ ਬੜਾ ਅਹਿਮ ਮੁੱਦਾ ਸੀ। ਸੋ ਇਸ ਸਰਕਾਰ ਵੱਲੋਂ, ਮੌਜੂਦਾ ਸਰਕਾਰ ਵੱਲੋਂ ਜੋ ਬਿਜਲੀ ਦਾ ਮੁੱਦਾ 90% ਤੋਂ ਵੀ ਜ਼ਿਆਦਾ ਲੋਕਾਂ ਦਾ ਜ਼ੀਰੋ ਬਿੱਲ ਆਉਣਾ, ਔਰ ਲੋਕ ਸਹੀ ਤੌਰ 'ਤੇ ਇਸ ਜੋ ਸਹੂਲਤ ਹੈ ਇਸ ਤੋਂ ਖੁਸ਼ ਨੇ, ਜਿਹੜੀਆਂ ਸਿਹਤ ਸਹੂਲਤਾਂ ਬਿਹਤਰ ਹੋ ਰਹੀਆਂ ਨੇ ਲੋਕਾਂ ਨੂੰ, ਫਰੀ ਦਵਾਈ ਅਤੇ ਫਰੀ ਪੜ੍ਹਾਈ ਜਿਹੜੀ ਮਿਲ ਰਹੀ ਆ ਉਸ ਤੋਂ ਵੀ ਪੰਜਾਬ ਦੇ ਲੋਕ ਜਿਹੜੇ ਖੁਸ਼ ਨੇ, ਔਰ ਬੇਰੁਜ਼ਗਾਰੀ ਦੇ ਲਈ ਜੋ ਰੁਜ਼ਗਾਰ ਦਿੱਤੇ ਜਾ ਰਹੇ ਆ, ਰੁਜ਼ਗਾਰ ਦਾ ਉਤਪੱਤੀ ਕੀਤੀ ਜਾ ਰਹੀ 42,000 ਤੋਂ। ਕਿੱਥੇ ਪਹੁੰਚੂ ਲੱਗਦਾ ਤੁਹਾਨੂੰ ਗੱਲਬਾਤ, ਕਿੱਥੇ ਪਹੁੰਚੂ ਗੱਲਬਾਤ? ਬਿਲਕੁਲ ਸਾਰੀਆਂ ਸੀਟਾਂ ਲੋਕ ਸਭਾ ਦੀਆਂ ਜਿੱਤਾਂਗੇ, ਆਮ ਆਦਮੀ ਪਾਰਟੀ ਸਾਰੀਆਂ ਸੀਟਾਂ 'ਤੇ ਜਿੱਤ ਦਰਜ ਕਰੇਗੀ। ਮਾਨਸਾ ਵਾਲਾ ਬਿਆਨ, ਬਿਲਕੁਲ 13-0 ਤੇ ਅਸੀਂ ਜਿੱਤਾਂਗੇ, ਸਾਡਾ ਪ੍ਰਧਾਨ ਜੀ ਸਾਡੇ ਸੀ ਐਮ ਸਾਹਿਬ ਨੇ, ਅਤੇ ਤੁਹਾਡਾ ਪੁਰਾਣਾ ਸਾਥੀ ਇੱਕ ਪਾਰਟੀ ਬਦਲ ਕੇ ਖੜਾ ਲੁਧਿਆਣੇ, ਰਵਨੀਤ ਬਿੱਟੂ ਜੀ ਜੀ, ਉਹਦਾ ਫਿਰ ਕਿਵੇਂ ਦੇਖੀਏ? ਦੇਖੋ ਜੀ, ਰਵਨੀਤ ਬਿੱਟੂ ਜੀ ਦਾ ਤਾਂ ਰਵਨੀਤ ਬਿੱਟੂ ਵੀ ਬਿਹਤਰ ਦੱਸ ਸਕਦੇ ਆ, ਕਿਉਂਕਿ ਉਹ ਵੀ ਪਰਿਵਾਰ ਜਿਹੜਾ ਪੂਰਾ ਸਮਰਪਿਤ ਰਿਹਾ ਹੈ, ਅਤੇ ਬਿੱਟੂ ਜੀ ਬੜੇ ਸੀਨੀਅਰ ਲੀਡਰ ਨੇ, ਅਤੇ ਮੈਂ ਉਹਨਾਂ ਬਾਰੇ ਜੋ ਟਿੱਪਣੀ ਕਰਾਂ ਤਾਂ ਮੈਂ ਸਮਝਦਾ ਉਚਿਤ ਨਹੀਂ। ਅੱਛਾ, ਬਿੱਟੂ ਵਰਗੇ ਲੀਡਰ ਜਿਹੜੇ ਜੰਮੇ ਕਾਂਗਰਸ 'ਚ, ਦਾਦਾ ਮੁੱਖ ਮੰਤਰੀ ਰਿਹਾ ਹੋਵੇ, ਉਹ ਵੀ ਕਾਂਗਰਸ 'ਚੋਂ ਚਲੇ ਗਏ, ਕਾਰਨ ਕੀ ਦੇਖਦੇ ਹੋ? ਇੱਕ ਕਾਰਨ ਸਮਝਣਾ ਚਾਹੂੰਗਾ ਵੀ ਐਸਾ ਕਾਂਗਰਸ 'ਚ ਕੀ ਹੋਇਆ ਕਿ ਐਡੇ ਐਡੇ ਲੀਡਰ ਵੀ ਪਾਸੇ ਹੋ ਗਏ? ਬਿੱਟੂ ਜੀ ਦਾ ਕਾਰਨ ਤਾਂ ਖੈਰ ਉਹ ਬਿੱਟੂ ਜੀ ਦੱਸ ਸਕਦੇ, ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਕਿਤੇ ਨਾ ਕਿਤੇ ਮਾਨ ਸਨਮਾਨ ਦੀ ਕਮੀ, ਆਪਸੀ ਗੁੱਟਬੰਦੀ, ਜਿਹੜੀ ਧੜੇਬੰਦੀ ਉਹ ਇੰਨੇ ਸਿਖਰਾਂ 'ਤੇ ਹੈ ਕਿ ਜੇਕਰ 18 MLA ਜਿੱਤੇ ਆ ਅਤੇ ਜਿਹੜੇ ਨਹੀਂ ਵੀ ਜਿੱਤੇ ਉੱਥੇ ਵੀ ਮੇਰਾ ਖਿਆਲ 8 ਤਾਂ ਮੁੱਖ ਮੰਤਰੀ ਦੇ ਉਮੀਦਵਾਰ ਆ, 8 ਮੁੱਖ ਮੰਤਰੀ ਦੇ ਚਿਹਰੇ ਆ। ਸੋ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਸੰਗਠਨ 'ਤੇ ਜਿਹੜੀ ਪਕੜ ਆ ਉਹ ਕਮਜ਼ੋਰ ਹੈ, ਕਿਤੇ ਨਾ ਕਿਤੇ ਕਾਂਗਰਸ ਜਿਹੜੀ ਅੱਜ ਵਰਕਰ ਜਿਹੜਾ ਉੱਥੇ ਇੱਕ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ, ਅਤੇ ਇਸ ਕਰਕੇ ਮੈਂ ਸਮਝਦਾ ਇਹ ਵੀ ਕਾਰਨ ਹੋ ਸਕਦਾ ਕਿ ਆਪਸੀ ਧੜੇਬੰਦੀ ਜਿਹੜੀ ਉਹ ਇਸਦਾ ਮੁੱਖ ਕਾਰਨ ਹੋ ਗਿਆ। ਤਾਂ ਰਾਜਕੁਮਾਰ ਚੱਬੇਵਾਲ ਹੋਣੀ, ਸਾਬਕਾ ਨੇਤਾ, ਉਪ ਨੇਤਾ, ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਦੇ, ਔਰ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਦੇ ਲਈ। ਸਾਫ਼ ਤੌਰ 'ਤੇ ਆਪਣੀ ਸਾਬਕਾ ਪਾਰਟੀ ਦੇ ਵਿੱਚ ਵੀ ਸੁਨੇਹਾ ਵੀ ਭੇਜ ਰਹੇ ਨੇ ਅਤੇ ਦੱਸ ਵੀ ਰਹੇ ਨੇ ਕਿ ਭਾਈ ਜਿਹੜੀ ਗੁੱਟਬੰਦੀ ਆ ਅਤੇ ਕਿਤੇ ਨਾ ਕਿਤੇ ਆਪਦੇ ਆਗੂਆਂ ਨੂੰ ਮਾਣ ਸਤਿਕਾਰ ਨਾ ਦੇਣਾ ਪਾਰਟੀ 'ਤੇ ਭਾਰਾ ਪੈ ਰਿਹਾ। ਫਿਲਹਾਲ ਆਮ ਆਦਮੀ ਪਾਰਟੀ 'ਚ ਨੇ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਠੋਕ ਰਹੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਹੋਣੀ। ਅੱਗੇ ਕਿਸੇ ਹੋਰ ਆਗੂ ਦੇ ਨਾਲ, ਕਿਸੇ ਹੋਰ ਲੀਡਰ ਦੇ ਨਾਲ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੇਰੇ ਨਾਲ ਮੇਰੇ ਸਹਿਯੋਗੀ ਕੈਮਰਾਮੈਨ ਸੰਦੀਪ ਕੁਮਾਰ ਅਤੇ ਮੈਨੂੰ ਨਪਿੰਦਰ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਧੰਨਵਾਦ।